26 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਣਾ, ਪਰ ਇਸ ਨੂੰ ਲੈ ਕੇ ਤਿਆਰੀਆਂ ਜ਼ਰੂਰ ਮੁਕੰਮਲ ਕੀਤੀਆਂ ਜਾ ਰਹੀਆਂ ਨੇ। ਔਰ ਜਨਮ ਅਸ਼ਟਮੀ ਦੇ ਜਿਹੜਾ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਜਿਹੜੀਆਂ ਦੁਕਾਨਾਂ ਉਹ ਵੀ ਸਜਣੀਆਂ ਸ਼ੁਰੂ ਹੋ ਚੁੱਕੀਆਂ ਨੇ। ਲੁਧਿਆਣਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਔਰ ਦੁਕਾਨਾਂ ਵੀ ਸਜ ਚੁੱਕੀਆਂ ਨੇ। ਵੱਖ ਵੱਖ ਜਿਹੜੀਆਂ ਨੇ ਲੱਡੂ ਗੋਪਾਲ ਦੀਆਂ ਜਿਹੜੀਆਂ ਪੋਸ਼ਾਕਾਂ ਨੇ ਉਹ ਵੀ ਲਗਾਈਆਂ ਗਈਆਂ ਨੇ। ਵੱਖ ਵੱਖ ਤਰ੍ਹਾਂ ਦੇ ਜਿਹੜੇ ਝੂਮਰ ਆ ਉਹ ਲਗਾਏ ਗਏ ਆ, ਕਿਉਂਕਿ ਆਮ ਤੌਰ 'ਤੇ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ 'ਤੇ ਜਿਹੜੇ ਲੋਕ ਹੈ ਉਹ ਲੱਡੂ ਗੋਪਾਲ ਦੀ ਜਿਹੜੀ ਪੋਸ਼ਾਕ ਹੈਗੀ ਆ, ਉਹਨਾਂ ਦੇ ਜਿਹੜੇ ਵੱਖ ਵੱਖ ਤਰ੍ਹਾਂ ਦੇ ਝੂਲੇ ਹੈਗੇ ਨੇ ਉਹਨਾਂ ਦੀ ਜਿਹੜੀ ਆ ਖਰੀਦੋ ਫਰੋਖਤ ਜ਼ਰੂਰ ਕਰਦੇ ਨੇ। ਔਰ ਕਿਹਾ ਜਾ ਸਕਦਾ ਹੈ ਕਿ ਮੰਦਰਾਂ ਦੇ ਵਿੱਚ ਵੀ ਜਿਹੜੀ ਆ ਸਜਾਵਟ ਉਹ ਹੋਣੀ ਸ਼ੁਰੂ ਹੋ ਚੁੱਕੀ ਹੈ। ਤਾਂ ਅੱਜ ਅਸੀਂ ਲੁਧਿਆਣਾ ਦੀਆਂ ਉਹ ਜਗ੍ਹਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਮੰਦਰ ਦੇ ਬਾਹਰ ਵੱਖ ਵੱਖ ਤਰ੍ਹਾਂ ਦੀ ਲੱਡੂ ਗੋਪਾਲ ਦੀ ਜਿਹੜੀ ਵਰਾਇਟੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਤਾਂ ਕ੍ਰਿਸ਼ਨ ਕਨਈਆ ਜੀ ਦੇ ਜਿਹੜੇ ਵੱਖ ਵੱਖ ਤਰ੍ਹਾਂ ਦੀ ਵਰਾਇਟੀਜ਼ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ, ਤਾਂ ਇਸ ਨੂੰ ਲੈ ਕੇ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਵਿੱਚ ਵੀ ਜਿਹੜਾ ਰਸ਼ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ, ਕਿਉਂਕਿ ਦੁਕਾਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਕ੍ਰਿਸ਼ਨ ਕਨਈਆ ਜੀ ਦੀ ਜਿਹੜੀ ਹੈ ਮੂਰਤੀ ਲੈਣ ਆਏ ਨੇ, ਲੱਡੂ ਗੋਪਾਲ ਜੀ ਲੈਣ ਆਏ ਨੇ, ਉਹਨਾਂ ਦੀਆਂ ਡਰੈਸਿਸ ਜਿਹੜੀਆਂ ਨੇ ਲੈਣ ਆਏ ਨੇ। ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਵੱਖ ਵੱਖ ਤਰ੍ਹਾਂ ਦੀ ਜਿਹੜੀ ਡਰੈਸਿਸ ਹੈ ਉਹ ਖਰੀਦੀ ਜਾ ਰਹੀ ਹੈ। ਤਾਂ ਜਨਮ ਅਸ਼ਟਮੀ ਦਾ ਤਿਉਹਾਰ ਬਿਲਕੁਲ ਨਜ਼ਦੀਕ ਹੈ, 26 ਤਰੀਕ ਨੂੰ ਜਨਮ ਅਸ਼ਟਮੀ ਵਿਸ਼ਵ ਭਰ ਦੇ ਵਿੱਚ ਮਨਾਈ ਜਾਣੀ ਹੈ। ਤਾਂ ਲੋਕ ਜ਼ਰੂਰ ਦੇਖ ਸਕਦੇ ਹੋ ਕਿ ਇੱਥੇ ਖਰੀਦਦਾਰੀ ਕਰਨ ਦੇ ਲਈ ਪਹੁੰਚੇ ਨੇ। ਗੱਲਬਾਤ ਵੀ ਕਰਾਂਗੇ, ਕਿਉਂਕਿ ਆਮ ਤੌਰ 'ਤੇ ਜਿਹੜੇ ਲੋਕ ਨੇ ਉਹ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਦੁਕਾਨਾਂ 'ਤੇ ਪਹੁੰਚੇ ਨੇ। ਸਰ, ਕਿਸ ਤਰੀਕੇ ਦੇ ਨਾਲ ਜਿਹੜੀ ਹੈ ਜਨਮ ਅਸ਼ਟਮੀ ਨੂੰ ਲੈ ਕੇ ਤਿਆਰੀ ਹੈ ਔਰ ਇਸ ਵਾਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਨਵੀਆਂ ਹੈਗੀਆਂ ਨੇ? ਸਭ ਤੋਂ ਪਹਿਲੇ ਰਾਧੇ ਰਾਧੇ, ਰਾਧੇ ਰਾਧੇ ਪੂਜਾ ਭੰਡਾਰ ਸੇ, ਮੈਂ ਨਿਸ਼ਾਨ ਸੂਦ। ਇਸ ਵਾਰੀ ਬਹੁਤ ਸਾਰੀ ਤਿਆਰੀਆਂ ਹੋਈ ਹੋਈ ਹੈ ਔਰ ਲੋਕਾਂ ਦਾ ਉਤਸ਼ਾਹ, ਬੱਚੋਂ ਦਾ ਉਤਸ਼ਾਹ ਬਹੁਤ। ਅੱਜ ਕੱਲ੍ਹ ਕਾ ਯੂਥ ਨਸ਼ੇ ਕੋ ਛੋੜ ਕੇ ਠਾਕੁਰ ਜੀ ਕੀ ਸੇਵਾ ਮੇਂ ਲੀਨ ਹੋ ਰਹਾ ਹੈ। ਠਾਕੁਰ ਜੀ ਕੇ ਲੀਏ, ਠਾਕੁਰ ਜੀ ਕੀ ਬੰਸਰੀ, ਠਾਕੁਰ ਜੀ ਕੇ ਝੂਲੇ, ਠਾਕੁਰ ਜੀ ਕਾ ਘਰ, ਠਾਕੁਰ ਜੀ ਕਾ ਲੈਪਟਾਪ, ਠਾਕੁਰ ਜੀ ਕਾ ਮੋਬਾਈਲ, ਔਰ ਵੀ ਬਹੁਤ ਸਾਰੀ ਚੀਜ਼ਾਂ ਆਈ ਹੈ ਠਾਕੁਰ ਜੀ ਕੀ। ਮੋਬਾਈਲ ਲੈਪਟਾਪ ਵਾਲੀ ਕਿਹੜੀ ਹੈ, ਥੋੜ੍ਹਾ ਜਿਹਾ ਦਿਖਾਉਂਗੇ? ਕਿ ਆਮ ਤੌਰ 'ਤੇ ਘਰਾਂ ਦੇ ਵਿੱਚ ਦੇਖਿਆ ਜਾਂਦਾ ਕਿ ਲੈਪਟਾਪ ਹੁੰਦੇ ਨੇ ਔਰ ਲੱਡੂ ਗੋਪਾਲ ਜੀ ਦਾ, ਕ੍ਰਿਸ਼ਨ ਕਨਈਆ ਜੀ ਦਾ ਲੈਪਟਾਪ ਮੋਬਾਈਲ। ਹਾਂਜੀ, ਬਹੁਤ ਅੱਛੀ ਸਾਈਕਲ ਆਇਆ, ਉਨ੍ਹਾਂ ਕੋਲ ਲੈਪਟਾਪ ਆਇਆ, ਬਹੁਤ ਕੁਛ ਹੈ, ਉਨ੍ਹਾਂ ਦਾ ਘਰ ਆਇਆ ਹੈ, ਉਨ੍ਹਾਂ ਫੂਲ ਬੰਗਲਾ, ਬਹੁਤ ਕੁਛ ਹੈ ਜੀ ਠਾਕੁਰ ਜੀ ਦਾ। ਔਰ ਡਰੈਸਿਸ ਆਈ ਹੈ ਜੀ, ਇਹ ਰਾਜਸਥਾਨ ਕੀ ਕਢਾਈ ਵਾਲੀ ਸਾਰੀ ਬਹੁਤ ਅੱਛੀ ਅੱਛੀ ਡਰੈਸਿਸ ਆਈ ਹੈ। ਇਹ ਰਾ ਠਾਕੁਰ ਜੀ ਕੇ ਲੈਪਟਾਪ ਆਏ ਹੈ ਜੀ, ਇਹ ਠਾਕੁਰ ਜੀ ਕਾ ਪਿਆਨੋ ਆਇਆ ਹੈ, ਇਹ ਠਾਕੁਰ ਜੀ ਕਾ ਲੈਪਟਾਪ ਹੈ ਜੀ, ਇਹ ਲੈਪਟਾਪ ਹੈ ਠਾਕੁਰ ਜੀ ਕਾ, ਔਰ ਇਹ ਮੋਬਾਈਲ। ਸੋ ਇਹ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਠਾਕੁਰ ਜੀ ਦਾ ਜਿਹੜਾ ਲੈਪਟਾਪ ਹੈ, ਮੋਬਾਈਲ ਫੋਨ ਹੈ, ਇਸ ਤੋਂ ਇਲਾਵਾ ਹੋਰ ਵੀ ਉਹਨਾਂ ਨੇ ਜਿਹੜੀਆਂ ਚੀਜ਼ਾਂ ਦਾ ਜ਼ਿਕਰ ਕੀਤਾ, ਜਿਵੇਂ ਕਿ ਉਹਨਾਂ ਨੇ ਇੱਕ ਚਸ਼ਮੇ ਦਾ ਜ਼ਿਕਰ ਕੀਤਾ। ਤਾਂ ਇਹ ਕਿਹਾ ਜਾ ਸਕਦਾ ਕਿ ਵੱਖ ਵੱਖ ਤਰ੍ਹਾਂ ਦੀ ਜਿਹੜੀ ਵਰਾਇਟੀਜ਼ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਤਾਂ ਇਹ ਵੀ ਜਿਹੜੀ ਹੈ ਵਰਾਇਟੀਜ਼ ਜਿਹੜੀ ਹੈ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹੋਰ ਕੀ ਜਿਹੜਾ ਨਵਾਂ ਆਇਆ। ਤਾਂ ਜਿਹੜੇ ਦੁਕਾਨਦਾਰ ਤੋਂ ਇਲਾਵਾ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਮੈਮ, ਠਾਕੁਰ ਜੀ ਦਾ ਅੱਜ ਸਮਾਨ ਖਰੀਦਣ, ਪੋਸ਼ਾਕ ਖਰੀਦਣ ਆਏ, ਉਹਨਾਂ ਦੇ ਕਿਸ ਤਰੀਕੇ ਦੇ ਨਾਲ ਨਵੀਂ ਵਰਾਇਟੀ ਜਾਂ ਕਿਵੇਂ ਦਾ ਮਾਹੌਲ ਹੈ? ਬਹੁਤ ਅੱਛਾ ਮਾਹੌਲ ਹੈ, ਮੈਂ ਹਰ ਸਾਲ ਇੱਥੇ ਆਉਂਦਾ ਵਾਂ। ਜਨਮ ਅਸ਼ਟਮੀ ਦਾ ਤਿਉਹਾਰ ਹੈ, ਬੜਾ ਵੱਡਾ ਉਤਸਵ ਹੈ ਜਿਹੜਾ ਹਰਸ਼ੋਲਾਸ ਨਾਲ ਮਨਾਇਆ ਜਾਂਦਾ, ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ, ਇੱਥੇ ਲੁਧਿਆਣੇ ਗੋਬਿੰਦ ਗੋਦਾਮ ਵਿੱਚ ਮਨਾਇਆ ਜਾਂਦਾ, ਇਸਕੌਣ ਮੰਦਿਰ 'ਚ ਮਨਾਇਆ ਜਾਂਦਾ, ਹਰ ਮੰਦਰਾਂ 'ਚ ਮਨਾਇਆ ਜਾਂਦਾ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਅਸੀਂ ਤਾਂ ਉਮੀਦ ਕਰਦੇ ਹਾਂ ਜਲਦੀ ਤੋਂ ਜਲਦੀ ਇਹ ਤਿਉਹਾਰ ਆਉਣਾ ਚਾਹੀਦਾ।
ਅਤੇ ਇੱਥੇ ਦੁਕਾਨ 'ਤੇ ਅਸੀਂ ਹਮੇਸ਼ਾ ਆਉਂਦੇ ਹਾਂ, ਇੱਥੇ ਬਹੁਤ ਅੱਛੀ ਵਰਾਇਟੀ ਮਿਲਦੀ ਹੈ। ਹੁਣ ਤਾਂ ਅੱਜ ਕੱਲ੍ਹ ਲੱਡੂ ਗੋਪਾਲ ਜੀ ਦੇ, ਕ੍ਰਿਸ਼ਨ ਜੀ ਦੇ ਮੋਬਾਈਲ ਵਗੈਰਾ ਵੀ ਆ ਗਏ ਨੇ, ਬਹੁਤ ਅੱਛੀਆਂ ਚੀਜ਼ਾਂ ਆ ਗਈਆਂ ਨੇ। ਅਸੀਂ ਸਾਰੇ ਅੱਗੇ ਇਹੋ ਹੀ ਅਰਦਾਸ ਕਰਾਂਗੇ ਕਿ ਭਗਵਾਨ ਦਾ ਸਨਾਤਨ ਧਰਮ ਦਾ ਪੂਰਾ ਤੋਂ ਪੂਰਾ ਨਾਮ ਲਓ, ਨਸ਼ਿਆਂ ਨੂੰ ਛੱਡੋ ਅਤੇ ਭਗਵਾਨ ਦੀ ਭਗਤੀ 'ਚ ਲੀਨ ਹੋਵੋ। ਹੁਣ ਕਿਹੜੀ ਕਿਹੜੀ ਵਰਾਇਟੀ ਨਵੀਂ ਦੇਖਣ ਨੂੰ ਮਿਲੀ? ਕਿਉਂਕਿ ਆਮ ਤੌਰ 'ਤੇ ਆਪਾਂ ਘਰਾਂ ਦੇ ਵਿੱਚੋਂ ਨਿਕਲਦੇ ਸੀ, ਥੋੜ੍ਹਾ ਬਹੁਤਾ ਸਮਾਨ ਖਰੀਦਦੇ ਸੀ, ਪਰ ਹੁਣ ਦੁਕਾਨ ਜਿਸ ਤਰੀਕੇ ਨਾਲ ਸਜੀ ਹੋਈ ਹੈ, ਤੁਸੀਂ ਮੋਬਾਈਲ ਦਾ ਜ਼ਿਕਰ ਕੀਤਾ, ਲੈਪਟਾਪ ਦਾ ਜ਼ਿਕਰ ਕੀਤਾ, ਨਾਲ ਤੁਹਾਡੇ ਘਰ ਦੇ ਵੀ ਆਏ ਹੋਏ ਨੇ, ਲੱਡੂ ਜੀ ਦੀਆਂ ਐਨਕਾਂ ਦੇਖਣੀ ਮਿਲ ਰਹੀਆਂ, ਲੱਡੂ ਜੀ ਦਾ ਮੋਬਾਈਲ ਮਿਲ ਰਿਹਾ, ਲੱਡੂ ਜੀ ਦਾ ਲੈਪਟਾਪ ਮਿਲ ਰਿਹਾ, ਲੱਡੂ ਜੀ ਦਾ ਛਾਤਾ ਮਿਲ ਰਿਹਾ, ਔਰ ਫੈਂਸੀ ਕੱਪੜੇ ਮਿਲ ਰਹੇ ਨੇ, ਮੁਗਟ ਬੰਸਰੀ ਆਦਿ ਮਿਲ ਰਹੇ ਨੇ। ਅਸੀਂ ਬਹੁਤ ਖੁਸ਼ ਹਾਂ ਕਿ ਜਿਹੜੀਆਂ ਨਵੀਆਂ ਚੀਜ਼ਾਂ ਆਈਆਂ ਨੇ। ਜੈ ਸ਼੍ਰੀ ਰਾਧੇ। ਸੋ ਦੇਖਿਆ ਜਾ ਸਕਦਾ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਵਰਾਇਟੀ ਹੈ, ਸੋ ਇਹ ਵੀ ਤਸਵੀਰ ਇੱਕ ਵਾਰ ਫਿਰ ਤੋਂ ਦਿਖਾ ਦਈਏ ਕਿ ਹਰ ਤਰ੍ਹਾਂ ਦੀ ਜਿਹੜੀ ਵਰਾਇਟੀ ਹੈ ਉਹ ਜ਼ਰੂਰ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ। ਤਾਂ ਲੋਕ ਜਿਹੜੇ ਆ ਲੱਡੂ ਗੋਪਾਲ ਜੀ ਦੀ ਪੋਸ਼ਾਕ ਤੋਂ ਇਲਾਵਾ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਖਰੀਦਣ ਦੇ ਲਈ ਆਏ ਆ। ਇਹ ਵੀ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਖ ਵੱਖ ਤਰ੍ਹਾਂ ਦਾ ਜਿਹੜਾ ਲੱਡੂ ਗੋਪਾਲ ਜੀ ਨੂੰ ਜਿਹੜਾ ਸ਼ਿੰਗਾਰ ਕਰਕੇ ਵੀ ਸਜਾਇਆ ਹੋਇਆ, ਤਾਂ ਇੱਥੇ ਲੋਕ ਅਗਰ ਕੋਈ ਨਵੇਂ ਚੀਜ਼ ਨੂੰ ਦੇਖਣਾ ਚਾਹੁੰਦੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਦੇਖ ਸਕਦੇ ਨੇ, ਉਹ ਵੀ ਕਿਤੇ ਨਾ ਕਿਤੇ ਖਰੀਦ ਸਕਦੇ ਨੇ, ਤਾਂ ਗੱਲਬਾਤ ਵੀ ਕਰਾਂਗੇ। ਮੈਮ, ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ, ਕਿਉਂਕਿ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਆ ਤਾਂ ਰੌਣਕਾਂ ਲੱਗੀਆਂ ਹੋਈਆਂ ਨੇ? ਸਰ, ਸਾਡੀ ਹਰ ਸਾਲ ਹੀ ਪੂਰੀ ਤਿਆਰੀ ਹੁੰਦੀ ਹੈ, ਜ਼ਰੂਰਤ ਤੋਂ ਵੱਧ ਹੁੰਦੀ ਹੈ। ਸਾਡੇ ਜਿਹਾ ਨਵਾਂ ਸਮਾਨ ਕੋਈ ਨਹੀਂ ਲਿਆ ਸਕਦਾ, ਅਸੀਂ ਨਵੀਂ ਤੋਂ ਨਵੀਂ ਚੀਜ਼ ਇੰਟਰੋਡਿਊਸ ਕਰਾਉਂਦੇ ਹਰ ਸਾਲ, ਇਹੀ ਸਾਲ ਨਹੀਂ, ਔਰ ਪੂਰੀ ਪਬਲਿਕ ਇਸ ਗੱਲ ਦੀ ਗਵਾਹ, ਤੁਸੀਂ ਰਸ਼ ਵੀ ਦੇਖ ਰਹੇ ਹੋ ਕਿ ਕਿੱਦਾਂ ਹੈ, ਔਰ ਹਮੇਸ਼ਾ ਸੈਟਿਸਫਾਈ ਹੋ ਕੇ ਜਾਂਦੇ ਆ ਇੱਥੋਂ। ਭਾਜੀ, ਸਪੈਸ਼ਲ ਝੂਲੇ ਨੇ, ਅਸੀਂ ਦੂਰੋਂ ਦੂਰੋਂ ਢੂੰਡ ਕੇ ਨਵੇਂ ਤੋਂ ਨਵੀਂ ਚੀਜ਼ ਲਿਆਈਦੀ ਹੈ। ਕੁਝ ਚੀਜ਼ਾਂ ਨਵੀਆਂ ਦਿਖਾਓਗੇ, ਹੋਰ ਕਿਹੜੀਆਂ ਕਿਹੜੀਆਂ? ਇਹ ਦੇਖੋ ਜੀ, ਇਹ ਕ੍ਰਿਸ਼ਨ ਜੀ ਦੇ ਸ਼ੂਜ਼ ਹੈਗੇ ਹੈ, ਇਹ ਮੋਬਾਈਲ ਹੈਗਾ ਹੈ, ਇਹ ਵਾਟਰ ਫਿਲਟਰ, ਸਾਈਕਲ, ਮਤਲਬ ਇੱਦਾਂ ਤਾਂ ਹੋਰ ਸਮਾਨ ਬਹੁਤ ਜ਼ਿਆਦਾ, ਬੜੀ ਕਾਫੀ ਵਰਾਇਟੀ ਹੈਗੀ ਹੈ। ਇਹ ਮੋਰ ਹੈਗੇ ਆ, ਹਾਂਜੀ, ਅਤੇ ਡਰੈਸਿਸ ਵੀ ਹਰ ਸਾਲ ਤੁਹਾਨੂੰ ਇੱਕ ਨਵੀਂ ਵਰਾਇਟੀ ਮਿਲੇਗੀ। ਮਤਲਬ ਇਹ ਇਹਦੀ ਡਿਮਾਂਡ ਜਿਹੜੀ ਆ ਆਮ ਤੌਰ 'ਤੇ ਕਿਹਾ ਜਾ ਰਿਹਾ ਕਿ ਬੱਚੇ ਵੀ ਨਾਲ, ਪੇਰੈਂਟਸ ਦੇ ਆ ਰਹੇ, ਉਹ ਡਿਮਾਂਡ ਕਰ ਰਹੇ ਆ? ਕੁਝ ਬੱਚੇ ਵੀ ਅੱਜ ਕੱਲ੍ਹ ਪੂਰਾ ਇੰਟਰਸਟ ਰੱਖ ਰਹੇ ਆ, ਕਈ ਵਾਰ ਤਾਂ ਅਸੀਂ ਹੈਰਾਨ ਹੁੰਦੇ ਕਿ ਬੱਚੇ ਮਾਂ ਪਿਓ ਤੋਂ ਜ਼ਿਆਦਾ ਇੰਟਰਸਟਿਡ ਹੁੰਦੇ ਕਿ ਇਹ ਲੈ ਲਓ, ਉਹ ਆਪਣੇ ਪੇਰੈਂਟਸ ਨੂੰ ਗਾਈਡ ਕਰਦੇ ਆ ਕਿ ਇਹ ਚੀਜ਼ ਲੈ ਲਓ, ਇਹ ਚੀਜ਼ ਲੈ ਲਓ। ਸਾਡੇ ਕੋਲ ਦੇਖੋ ਕ੍ਰਿਸ਼ਨ ਜੀ ਦਾ ਖਾਣਾ ਖਾਣ ਲਈ ਪੂਰਾ ਬਰਤਨ ਹੈਗਾ, ਪੂਰਾ ਬਰਤਨਾਂ ਦਾ ਸੈੱਟ ਹੈਗਾ ਜੀ। ਸੋ ਆਮ ਤੌਰ 'ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਹਰ ਤਰ੍ਹਾਂ ਦੀ ਵਰਾਇਟੀ ਜਿਹੜੀਆਂ ਚੀਜ਼ਾਂ ਨੇ। ਮੈਮ, ਕਾਨਾ ਜੀ ਦੇ ਸਮਾਨ ਖਰੀਦਣ ਆਏ ਹੋ, ਕਿਸ ਤਰੀਕੇ ਦੇ ਇੰਤਜ਼ਾਮ ਹੈਗੇ ਨੇ, ਜਾਂ ਕਿਹਾ ਜਾ ਸਕਦਾ ਜਨਮ ਅਸ਼ਟਮੀ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਦੇਖਣੀ? ਹਾਂ, ਬਹੁਤ ਜ਼ੋਰੋਂ ਸ਼ੋਰੋਂ ਸੇ ਚੱਲ ਰਹੀਆਂ ਤਿਆਰੀਆਂ, ਯਹਾਂ ਪੇ ਵਰਾਇਟੀ ਬਹੁਤ ਹੈ। ਹਾਂਜੀ, ਬਹੁਤ ਵਰਾਇਟੀ ਹੈ ਯਹਾਂ ਪੇ, ਮਤਲਬ ਅੱਛੀ ਕੁਆਲਿਟੀ ਹੈ ਸਾਰੀ। ਇੱਕ ਇੱਥੇ ਦੇਖਣ ਨੂੰ ਮਿਲਿਆ ਕਿ ਨਵੀਆਂ ਨਵੀਆਂ ਛੋਟੇ ਛੋਟੇ ਸਾਈਕਲ ਆ ਗਿਆ, ਲੈਪਟੋਪ ਆ ਗਿਆ, ਹਰ ਤਰ੍ਹਾਂ ਦੀ ਵਰਾਇਟੀ ਅੱਜ ਕੱਲ੍ਹ ਤਾਂ ਬਹੁਤ ਕੁਛ ਹੈ ਜੀ। ਗੋਗਲਸ ਹੈ, ਉਨਕੇ ਸ਼ੂਜ਼ ਹੈ, ਬਹੁਤ ਕੁਛ ਹੈ। ਜਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰ ਰਹੇ ਹੋ, ਉਹ ਚੀਜ਼ਾਂ ਇੱਥੇ ਮਿਲਦੀਆਂ? ਹਾਂਜੀ ਹਾਂਜੀ, ਬਿਲਕੁਲ ਜੀ। ਸੋ ਸਾਫ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਜਨਮ ਅਸ਼ਟਮੀ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਜ਼ਰੂਰ ਮੁਕੰਮਲ ਨੇ, ਪਰ ਜਿਹੜੀਆਂ ਦੁਕਾਨਾਂ ਸੱਜੀਆਂ ਨੇ ਉੱਥੇ ਵੱਖ ਵੱਖ ਤਰ੍ਹਾਂ ਦੀ ਜਿਹੜੀ ਵਰਾਇਟੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਵਿੱਚ ਉਤਸ਼ਾਹ ਹੈ, ਤਾਂ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਦੁਕਾਨਾਂ ਦੇ ਉੱਤੇ ਵੀ ਵੱਖ ਵੱਖ ਤਰ੍ਹਾਂ ਦੀ ਜਿਹੜੀ ਵਰਾਇਟੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਕਿਉਂਕਿ ਲੱਡੂ ਗੋਪਾਲ ਦੀ ਜਿਹੜੀ ਵੱਖ ਵੱਖ ਤਰ੍ਹਾਂ ਦੀ ਪੋਸ਼ਾਕ ਦੀ ਗੱਲ ਕਰੀਏ, ਜਾਂ ਉਹਨਾਂ ਦੇ ਲੈਪਟੋਪ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਮੋਬਾਈਲ ਦਾ ਜ਼ਿਕਰ ਕੀਤਾ, ਤਾਂ ਹਰ ਤਰ੍ਹਾਂ ਦੀ ਵਰਾਇਟੀ ਜਿਹੜੀ ਲੋਕਾਂ ਦੀ ਖਿੱਚ ਦਾ ਕੇਂਦਰ ਜ਼ਰੂਰ ਬਣੀ ਹੋਈ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18 ਪੰਜਾਬ।